ਅਸੀਂ ਬਿਲਕੁਲ ਜਿਹੜਾ ਕਿਸੇ ਨਾਲ ਝਗੜਾ ਕਰਨਾ ਨਹੀਂ ਚਾਹੁੰਦੇ ਹਾਂ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਅਲੈਕੁਮ ਮੇਰੇ ਪਿਆਰੇ, ਕੀ ਹਾਲ ਹੈ? ਠੀਕ ਠਾਕ ਹੋ? ਸ਼ੁਕਰ ਅਲਹਮਦੁਲਿਲਾਹ, ਸਾਰੇ ਜਣੇ ਬਿਲਕੁਲ ਠੀਕ ਠਾਕ, ਔਰ ਮੈਂ ਕਹਿੰਦਾ ਤੁਸੀਂ ਸਾਰੇ ਜਣਾ ਬਿਲਕੁਲ ਠੀਕ ਠਾਕ ਹੋ। ਔਰ ਅੰਮੀ ਜੀ ਨੇ ਸੁਬਹ ਸੁਬਹ ਸਾਰੇ ਜਣਾ ਬਰਾਮਦੇ ਦੀ ਸਫਾਈ ਕਰ ਲਈ, ਅਤੇ ਇੱਥੋਂ ਜਿੰਨਾ ਸਾਹਮਣੇ ਸਫਾਈ ਕਰ ਰਹੇ ਨੇ, ਕਿਉਂਕਿ ਜਿੰਨਾ ਸ਼ਾਮ ਨੂੰ ਆਉਂਦੀ ਆਈ ਸੀ, ਅੰਧੇਰੀ ਆਈ ਹੋਈ ਆਈ, ਸਾਰੀਆਂ ਦੋ ਦਿੱਤੀਆਂ ਨੇ। ਸਾਰੇ ਜਿੰਨਾ ਵਿੰਡੋ ਵਗੈਰਾ ਹੀ ਸਾਫ਼ ਹੋ ਗਈਆਂ ਨੇ, ਛੱਤ ਮੇਰੇ ਖਿਆਲ ਬਸ ਸਾਫ਼ ਕਰਨੀ ਦੋਣੀ ਨਹੀਂ, ਸਾਫ਼ ਕਰਨੀ ਅੱਛੀ ਜਿੰਨਾ ਵਾਲਾਵਾਂ ਪੈ ਗਈਆਂ ਨੇ। ਕਿਚਨ ਦਾ ਹੀ ਹੋ ਗਿਆ? ਚਲੋ ਠੀਕ, ਹਾਂਜੀ, ਗਰੇਲੀ ਮਾਸ਼ਾਅੱਲਾ ਸਾਫ਼ ਹੋ ਗਈ ਆ, ਹਾਂ ਮੰਜੇ ਧੋ ਕੇ ਉਹ ਵੀ ਜਿਹੜਾ ਅੰਦਰ ਜਿਹੜਾ ਰੱਖ ਦਿੱਤੇ, ਬਿਲਕੁਲ ਸਾਫ਼ ਸੁਥਰਾ ਹੋ ਗਿਆ। ਹੁਣ ਗੱਟਾ ਮਿੱਟੀ ਦੇਖ ਰਹੀ ਕਿੰਨਾ ਜਮਾਉਣਾ ਪਿਆ, ਹਾਂਜੀ। ਅਤੇ ਇੱਥੇ ਸਾਰਾ ਜਿੰਨਾ ਫਰਸ਼ ਵੀ ਸਾਰਾ ਮੁਕੰਮਲ ਧੋ ਲਿਆ, ਥੋਤੋ ਜਿੰਨਾ ਸਾਰਾ ਜਿੰਨਾ ਧੋ ਲਿਆ, ਦੁਕਾਨ ਦੇ ਅੰਦਰ ਵੀ ਧੋ ਲਿਆ, ਮੱਝਾ ਜਿੰਨਾ ਦੁਕਾਨ ਦੇ ਅੰਦਰ ਇੱਕ ਜਿੰਨਾ ਪਾ ਦਿੱਤਾ, ਅਗਰ ਕੋਈ ਮਹਿਮਾਨ ਹੀ ਆ ਜਾਂਦਾ ਫਿਰ ਜਿੰਨਾ ਬਹਿ ਜਾਂਦਾ, ਸਾਰੇ ਫੱਟੇ ਫੁੱਟੇ ਜਿਹਨ ਉਸਲਾ ਕੰਡਾ ਹੀ ਧੋ ਦਿੱਤਾ ਹੈਗਾ ਦੁਕਾਨ ਦਾ, ਮੈਂ ਆ ਕੇ ਚੱਲ ਜਿੰਨਾ ਵਿਹਲਾ ਪਿਆ ਸਾਫ਼ ਸੁਥਰਾ, ਸਾਰਾ ਘਰ ਦੀ ਜਿੰਨਾ ਸਾਫ਼ ਸਫਾਈਆਂ ਹੋ ਗਈਆਂ ਨੇ, ਹਾਂਜੀ। ਜਿਸ ਤਰ੍ਹਾਂ ਥੱਲੋਂ ਸਾਰਾ ਵਿਹੜਾ ਬਣ ਬਣ ਦਿਖਾਇਆ ਕਿੰਨਾ ਪਿਆਰਾ ਘਰ ਮਾਸ਼ਾਅੱਲਾ, ਜਿਹੜਾ ਸਾਰਾ ਸਾਫ਼ ਸੁਥਰਾ ਹੋ ਗਿਆ, ਅਤੇ ਇਵੇਂ ਜਿਹੜਾ ਉੱਤੋਂ ਹੀ ਮੈਂ ਸਾਰਾ ਟੋਟਲੀ ਜਿਹੜਾ ਝਾੜੂ ਲਾ ਦਿੱਤਾ, ਸਵੇਰਾ ਰੂਨ ਨੂੰ ਕਿਹਾ ਹੈਗਾ ਤੁਸੀਂ ਹੁਣ ਜਿਹੜਾ ਕੱਪੜੇ ਧੋ ਲਓ, ਦੇਖ ਜਿਹੜਾ ਕੋਈ ਆਂਡੀ ਰੋਟੀ ਦਾ ਜਿਹੜਾ ਇੰਤਜ਼ਾਮ ਜਿਹੜਾ ਕਰ ਲੈਂਦੀ, ਕਿਉਂਕਿ ਇੱਥੇ ਸਾਰਾ ਕਿੰਨਾ ਜਿਹੜਾ ਅੰਧੇਰੀ ਦਾ ਜਿਹੜਾ ਗੰਦ ਮੱਚਿਆ ਸੀ, ਸਾਰੀ ਟੋਟਲੀ ਜਿਹੜਾ ਸਾਫ਼ ਸਫਾਈ ਕਰ ਲਈ ਆ, ਇੱਧਰੋਂ ਜਿਹੜਾ ਸਾਰਾ ਝਾੜੂ ਜਿਹੜਾ ਲਾ ਲਿਆ, ਸਾਰੀਆਂ ਚੀਜ਼ਾਂ ਜਿਹੜਾ ਆਪਣੀ ਆਪਣੀ ਜਗ੍ਹਾ 'ਤੇ ਜਿਹੜਾ ਰੱਖ ਦਿੱਤੀਆਂ, ਸਿਰਫ ਰਹਿ ਗਈਆਂ ਨੇ ਆਹ ਵਾਲੀਆਂ ਸਲੇਟਾਂ, ਇਹਨਾਂ ਨੂੰ ਜਿਹੜਾ ਸਾਫ਼ ਸੁਥਰਾ ਜਿਹੜਾ ਕਰਾਂਗੇ, ਸ਼ਾਮ ਦੇ ਟਾਈਮ ਜਦੋਂ ਜਿਹੜਾ ਠੰਡਾ ਟਾਈਮ ਹੋ ਕੇ ਉਹਨੇ ਇਹਨਾਂ 'ਤੇ, ਰਾਤ ਨੂੰ ਜਿਹੜਾ ਆਉਂਦੀ ਦੀ ਕਾਫ਼ੀ ਸਾਰਾ ਜਿਹੜਾ ਗੱਟਾ ਮਿੱਟੀ ਹੈਗੀ ਆ, ਵੇਖੋ ਕਿੰਨਾ ਬਹੁਤ ਜ਼ਿਆਦਾ ਜਿਹੜਾ ਗੱਟਾ ਮਿੱਟੀ ਹੈਗਾ, ਥੋੜ੍ਹੀ ਦੇਰ ਤੀਕਰ ਜਿਹੜੇ ਇਹਨਾਂ ਨੂੰ ਸਾਫ਼ ਸੁਥਰਿਆਂ ਜਿਹੜਾ ਕਰ ਲਵਾਂਗੇ। ਸਾਹਮਣੇ ਆ ਜਿਹੜਾ ਪੀਟਰ ਚੱਲਿਆ ਹੋਇਆ, ਪਾਣੀ ਜਿਹੜਾ ਲੱਗਾ ਫਿਰ ਸਾਹਮਣੇ ਜਿਹੜਾ ਨਜ਼ਰ 'ਚ ਕੋਈ ਜਾਂਦਾ, ਇਹ ਸਾਈਡ ਵਾਲੇ ਕਰਕੇ ਜਿਹੜਾ ਚੱਲਿਆ ਹੋਇਆ, ਉਹ ਬਿੱਲੋਰਾਂ ਦੀ ਬੱਕਰੀ ਜਿਹੜਾ ਦਾਨ ਦੇ ਵਿੱਚ ਫਿਰਦੀ, ਭਾਈ ਹੋਰਾਂ ਦੀ ਪਕੈਣ 'ਤੇ ਸਾਹਮਣੇ ਇੰਝ ਲੱਗਦਾ ਜਿਵੇਂ ਜਿਹੜਾ ਅੰਗੂਰ ਲੱਗੇ ਖੋਤੇ ਨਾ, ਵੇਖੋ ਹੈਗੇ ਨੇ ਡੋਡੀਆਂ ਦੇ ਡੋਡੇ ਲੱਗੇ ਹੋਏ, ਤਾਂ ਇੰਝ ਲੱਗਦੇ ਨੇ ਦੂਰੋਂ ਜਿਹੜਾ ਪੀਲੇ ਪੀਲੇ ਜਿਸ ਤਰ੍ਹਾਂ ਜਿਹੜਾ ਅੰਗੂਰ ਲੱਗੇ ਖਲੋਤੇ ਨੇ। ਚੱਲਦੇ ਹਾਂ ਥੱਲੇ, ਮੈਂ ਥੱਲੇ ਆ ਜਿਹੜਾ ਸਾਰਿਆਂ ਬਣਿਆ ਪਈਆਂ ਨੇ ਸ਼ੇਅਰ ਕੀਤਾ, ਅਤੇ ਉੱਤੋਂ ਆ ਕੇ ਫਿਰ ਉਸ ਤੋਂ ਬਾਅਦ ਮੈਂ ਜਿਹੜਾ ਸਾਰਾ ਝਾੜੂ ਲਾਇਆ, ਮੈਂ ਉੱਤੋਂ ਸਾਰਾ ਜਿਹੜਾ ਮੰਜਾ ਜਿਹੜਾ ਸਾਈਡ 'ਤੇ ਪਾ ਦਿੱਤਾ, ਕਿਉਂਕਿ ਹੁਣ ਜਿਹੜਾ ਛਾਂ ਹੈਗੀ ਆ, ਇੰਝ ਤਾਂ ਪਛਾਵਾਂ ਜਿਹੜਾ ਜਾਵੇਗਾ ਛਾਂ ਜਿਹੜਾ ਆ ਜਾਸੀ, ਅਤੇ ਜੁੱਤੀਆਂ ਪੈਰਾਂ 'ਚ ਪਾਉਣ ਵਾਲੀਆਂ ਜਿਹੜਾ ਉਹ ਵੀ ਸਵੇਰਾਂ ਜਿਹੜਾ ਧੋ ਕੇ ਇੱਥੇ ਜਿਹੜਾ ਰੱਖ ਦਿੱਤੀਆਂ ਹੈਗੀਆਂ ਨੇ, ਉਹਨੂੰ ਕਹਿੰਦੀ ਵੀ ਜੁੱਤੀਆਂ ਨੇ ਨਾ ਗੱਟਾ ਮਿੱਟੀ ਲੱਗੇ ਥੱਲੇ ਜਿਹੜਾ ਫਰਾਜ 'ਤੇ ਸਾਰਿਆਂ ਨੂੰ ਤੁਰਨਾ ਹੈਗਾ, ਅਤੇ ਸਾਰਿਆਂ ਦੀ ਇੱਥੇ ਜਿਹੜਾ ਉਹਨੇ ਧੋ ਕੇ ਰੱਖ ਦਿੱਤੀਆਂ, ਹੁਣ ਜਿਹੜਾ ਥੱਲੇ ਚੱਲਨੇ ਆ। ਅੱਜ ਸਿਰਫ ਮੈਂ ਵੀ ਨਹੀਂ ਵਿਹੜਾ ਸਾਫ਼ ਕੀਤਾ, ਬਿੱਲੋ ਦੀ ਅੰਮੀ ਜਿਹੜਾ ਉਹ ਵੀ ਲਿਪਾਈ ਵਗੈਰਾ ਜਿਹੜਾ ਕਰ ਰਹੀ, ਚੱਲ ਕੇ ਦਮ ਜਿਹੜਾ ਦਿਖਾਉਂਦੇ ਹਾਂ, ਬਲਕਿ ਜਿਹੜਾ ਮੈਂ ਆਹ ਦੇ ਕੰਮ ਕਰਦੀ ਰਹੀਆਂ, ਤਾਂ ਉਹਨੇ ਜਿਹੜਾ ਕਾਫ਼ੀ ਸਾਰੀ ਜਿਹੜਾ ਲਿਪਾਈ ਵਗੈਰਾ ਕੰਧਾ ਕੁੰਦਾ ਜਿਹੜਾ ਕੀਤੀਆਂ, ਤੰਦੂਰ ਜਿਹੜਾ ਲਿਪਾਈ ਕੀਤਾ, ਚੱਲ ਕੇ ਦਮ ਜਿਹੜਾ ਦਿਖਾਉਂਦੀ ਹਾਂ।
ਖੁਸ਼ ਹੋਏ ਖੜੋਤੇ ਨੇ ਕਿਉਂਕਿ ਸੁਬਹਾ ਜਿਹੜਾ ਲਿਪਾਈ ਸਾਰੀ ਟੋਟਲੀ ਜਿਹੜਾ ਤੰਦੂਰ ਦੀ ਸਭ ਤੋਂ ਪਹਿਲਾਂ ਕੀਤੀ ਅਸੀਂ ਤੰਦੂਰ ਵੇਖੋ ਕਿੰਨਾ ਮਾਸ਼ਾਲ ਜਿਹੜਾ ਜ਼ਬਰਦਸਤ ਲੱਗ ਰਿਹਾ ਅੱਗੇ ਜਿਹੜਾ ਸਾਰੇ ਬੈਠੇ ਹੋਏ ਨੇ ਮਹਿਮਾਨ ਨਹੀਂ ਆਏ ਹੋਏ ਤਾਂ ਪਰ ਜਿਹੜਾ ਮੈਂ ਇੱਥੇ ਜਿਹੜਾ ਇੰਝ ਕਰਕੇ ਬਣਾ ਰਹੀ ਇਹ ਆਈ ਅਗਲੀ ਜਿਹੜਾ ਦੀਵਾਰ ਉਹ ਵਾਲੀ ਜਿਹੜਾ ਲਿਪਾਈ ਹੋਊਗੀ ਬਾਕੀ ਮੱਟੀ ਜਿਹੜਾ ਇੰਨੀ ਬਚੀ ਪਈ ਆ ਉਹ ਵਾਲੀ ਸਾਹਮਣੇ ਵਾਲੀ ਦੀਵਾਰ ਜਿਹੜਾ ਲਿਪਾਈ ਕੀਤੀ ਉਹ ਖੁੱਡੀ ਜਿਹੜਾ ਉਹ ਵਾਲੀ ਨਾਲ ਦੇ ਨਾਲ ਜਿਹੜਾ ਕਰ ਰਹੀ ਆਹ ਵਾਲੀ ਇੰਝ ਕਰਕੇ ਜਿਹੜਾ ਖੁੱਡੀ ਉਹ ਵੀ ਜਿਹੜਾ ਲਿਪਾਈ ਕਰ ਲਈ ਹੈ ਸਾਈਡ ਵਾਲੀ ਜਿਹੜਾ ਦੀਵਾਰ ਟੋਟਲੀ ਮੁਕੰਮਲ ਜਿਹੜਾ ਲਿਪਾਈ ਹੋ ਗਈ ਅਤੇ ਹੁਣ ਜਿਹੜਾ ਆਹ ਵਾਲੇ ਗੋਲ ਦਾਇਰੇ ਜਿਹੜਾ ਇਹ ਵਾਲੀ ਜਿਹੜਾ ਲਿਪਾਈ ਕਰ ਰਹੀ ਅਤੇ ਆਹ ਜਿਹੜਾ ਇੱਥੇ ਆ ਤਾਂ ਖੇਡਦੇ ਪਏ ਨੇ ਬਹਿ ਕੇ ਦੋਵੇਂ ਵੀਰਾ ਆ ਜੀ ਮੁਕੰਮਲ ਨਹੀਂ ਹੋਇਆ ਕਿਉਂਕਿ ਆਹ ਸਾਈਡ ਹੀ ਅਜੇ ਤੋਂ ਜਿਹੜਾ ਲਿਪਾਈ ਕਰਨ ਵਾਲੀ ਜਿਹੜਾ ਰਹਿੰਦੀ ਤਕਰੀਬਨ ਜਿਹੜਾ ਇੰਨੀ ਸਾਈਡ ਇੰਝ ਕਰਕੇ ਜਿਹੜਾ ਲਿਪਾਈ ਹੋਊਗੀ ਬਹੁਤ ਜ਼ਿਆਦਾ ਜਿਹੜਾ ਮੁਸ਼ਕਿਲ ਨਾ ਹੁੰਦੀ ਆ ਅਤੇ ਇੰਨਾ ਜਗ੍ਹਾ ਜਿਹੜਾ ਰਹਿ ਗਿਆ ਮੁਕੰਮਲ ਲਿਪਾਈ ਹੁੰਦੀ ਫਿਰ ਦੰਦ ਦਿਖਾਉਂਦੇ ਹਾਂ ਫਾਈਨਲੀ ਇੱਥੇ ਜਿਹੜਾ ਮੁਕੰਮਲ ਹੋ ਗਿਆ ਟੋਟਲੀ ਇਸ ਤਰ੍ਹਾਂ ਕਰਕੇ ਬਾਈ ਔਰ ਜਿਹੜਾ ਬਿੱਲੋ ਦੇ ਅੱਬੂ ਦਾ ਫੋਨ ਆਇਆ ਤਾਂ ਜਿਹੜਾ ਸੁਣਦਾ ਪਿਆ ਕਰ ਲਾ ਗੱਲ ਹੈਲੋ ਹਾਂ ਕਰ ਗੱਲ ਕਰ ਲੈ ਆਈ ਹੁਣ ਬੋਲੋ ਹਾਂ ਹੁਣ ਬੋਲ ਕਰ ਲਾ ਗੱਲ ਆਹ ਹੈਲੋ ਖੁਸ਼ੀ ਹੁੰਦਾ ਬੰਦਾ ਹੀ ਤੁਰਿਆ ਬੰਦਾ ਹਾਂਜੀ ਤਾਂ ਫਾਈਨਲੀ ਮੁਕੰਮਲ ਹੋ ਗਿਆ ਬਿੱਲੋ ਦੀ ਅੰਮੀ ਜਿਹੜਾ ਲਿਪਾਈ ਕਰ ਲਿਆ ਕਿਉਂਕਿ ਜਿਹੜਾ ਬਿੱਲੋ ਦੀ ਅੰਮੀ ਜਿਹੜਾ ਹੁਣ ਆ ਦੇ ਜਿਹੜਾ ਬੰਦੇ ਨਾਲ ਗੱਲ ਕਰ ਰਹੀ ਹੈਗੀ ਆ ਅੱਗੇ ਜਿਹੜਾ ਬਿੱਲੋ ਦੇ ਅੱਬੂ ਨਾਲ ਮੈਂ ਕਰਦੀ ਰਹੀ ਕਿਉਂਕਿ ਜਿਹੜਾ ਤਬੀਅਤ ਨਹੀਂ ਠੀਕ ਹੈਗੀ ਸੀ ਅਤੇ ਮੈਂ ਉਹਦੇ ਕੋਲ ਜਿਹੜਾ ਖੈਰ ਮਿਆਰ ਪੁੱਛਦੀ ਰਹੀ ਅਤੇ ਆਹ ਦਾ ਹੱਥ ਮੈਂ ਆਹਦੇ ਬਹਿਣ ਬਈ ਦਿਖਾ ਦੇਵਾਂ ਸ਼ੁਕਰ ਅੱਲਾ ਪਾਕ ਦਾ ਕੱਲ੍ਹ ਨਾਲ ਸੋਜਾ ਜਿਹੜਾ ਕਾਫੀ ਹੁਣ ਜਿਹੜਾ ਹੱਥ ਮੇਰਾ ਇੰਜਨ ਹੋ ਜਾਂਦਾ ਇਹ ਸੋਜ ਲੇਕਿਨ ਜਿਹੜਾ ਬਿਲਕੁਲ ਕਾਫੀ ਸਾਰੀ ਜਿਹੜਾ ਘੱਟ ਗਈ ਹੈ ਅੱਲਾ ਪਾਕ ਦਾ ਸ਼ੁਕਰ ਆ ਫਿਰ ਬਿੱਲੋ ਦੀ ਅੰਮੀ ਕਹਿ ਰਹੀ ਆ ਟੋਟਲੀ ਜਿਹੜਾ ਵਿਹੜਾ ਉਹ ਵਾਲਾ ਜਿਹੜਾ ਲਿਪਾਈ ਕਰਾਂਗੀ ਆਹ ਵਾਲਾ ਚੁੱਲ੍ਹੇ ਵਾਲੀ ਥੜੀ ਜਿਹੜਾ ਇਹ ਵਾਲੀ ਅੱਛੇ ਤਰੀਕੇ ਜਿਹੜਾ ਲਿਪਾਈ ਕਰਾਂਗੀ ਅਤੇ ਕਾਫੀ ਪਿਆਰਾ ਜਿਹੜਾ ਵਿਹੜਾ ਤਾਂ ਅੱਗੇ ਮਾਸ਼ਾਅੱਲਾ ਕਾਫੀ ਪਿਆਰਾ ਲੱਗਦਾ ਲਿਪਾਈ ਹੋ ਗਈ ਨੇ ਫਿਰ ਹੋਰ ਜ਼ਬਰਦਸਤ ਹੋ ਜਾਵੇ ਜਿਸ ਤਰ੍ਹਾਂ ਆਹ ਵਾਲਾ ਜਿਹੜਾ ਪਿਆਰਾ ਲੱਗ ਰਿਹਾ ਇੱਥੇ ਜਿਹੜਾ ਛੋਟੇ ਵੱਡੇ ਪਲੇਅਰ ਜਿਹੜਾ ਇਕੱਠੇ ਹੋਏ ਹੋਏ ਨੇ ਇੱਥੇ ਜਿਹੜਾ ਫੁੱਟਬਾਲ ਨਾਲ ਖੇਡਦੇ ਪਏ ਤੂੰ ਵੀ ਖੇਡਦਾ ਪਿਆ ਉਤਾਂ ਠੀਕ ਹੋ ਸਮਾਨ ਅਲੀ ਉਤਾਂ ਠੀਕ ਹੋ ਠੀਕ ਹੋ ਤਾਂ ਉੱਠੀ ਉੱਠੀ ਬਾਜੀ ਔਰ ਜਿਹੜਾ ਲੱਕੜਾਂ ਕਾਫੀ ਸਾਰੀਆਂ ਜਿਹੜੀਆਂ ਇੱਥੇ ਮਾਸ਼ਾਲ ਜਿਹੜਾ ਜਮ੍ਹਾਂ ਕਰਕੇ ਰੱਖੀਆਂ ਹੋਈਆਂ ਬੱਕਰੀਆਂ ਜਿਹੜਾ ਇੱਥੇ ਆਦ ਆਇਸ਼ ਨਾ ਆਹ ਵਿਚਾਰੇ ਆਹ ਦੋ ਜਿਹੜਾ ਅਤੇ ਇਹ ਕਲਾ ਤਿੰਨ ਬੱਚੇ ਦਿੱਤੇ ਸੀ ਬੱਕਰੀ ਨੇ ਸ਼ੁਰੂ ਲਾਤ ਵੀ ਉਹ ਜਿਹੜਾ ਵੱਖਰੇ ਸੰਭਿਆ ਹੈਗਾ ਤਾਂ ਉਹ ਜਿਹੜਾ ਹੁਣੀ ਪੱਠੇ ਜਿਹੜਾ ਉਹਨੂੰ ਵੱਖਰੇ ਪਾਉਂਦੇ ਨੇ ਕਿਉਂਕਿ ਆਹ ਵਾਲੀਆਂ ਬੱਕਰੀਆਂ ਜਿਹੜਾ ਉਹਨੂੰ ਮਾਰਦੀਆਂ ਹੈਗੀਆਂ ਉਹਨੂੰ ਬਿਲਕੁਲ ਜਿਹੜਾ ਖਾਣਾ ਨਹੀਂ ਖਾਣ ਦਿੰਦੀਆਂ
ਇੱਥੇ ਜਿਹੜਾ ਸਲਾਨ ਵਾਲੀ ਆਦ ਜਿਹੜਾ ਮੱਟੀ ਨਾਲ ਖੇਡਦਾ ਪਿਆ, ਉੱਧਰ ਜਿਹੜੇ ਦੀ ਅੰਮੀ ਲਿਪੀ ਕੀਤੀ ਅਤੇ ਇੱਧਰ ਜਿਹੜੇ ਲਿਪਾਈ ਕਰਦਾ ਪਿਆ, ਉਸ ਥਾਂ ਜਿਹੜੇ ਲਿਪਾਈ ਕੀਤਾ ਸੀ। ਇਹ ਕਿੱਥੇ ਲਿੰਬੂ ਪਾਣੀ ਜਿਹੜਾ ਗੜਵੀ 'ਚ ਲਿਆ ਕੇ ਉੱਥੇ ਜਿਹੜਾ ਗਾਰਾ ਬਣਦਾ ਪਿਆ। ਮੈਂ ਜਿਹੜਾ ਬੈਕ ਸਾਈਡ ਵਾਲੇ ਚਲੀ ਗਈ ਸੀ, ਘਰੇ ਆਈ ਹਾਂ ਅਤੇ ਬੱਚਿਆਂ ਤੋਂ ਪੁੱਛਿਆ ਹੈਗਾ ਵੀ ਜਾ ਫਿਰ ਅਲੀ ਕਿੱਥੇ ਗਿਆ, ਕਹਿ ਰਹੇ ਨੇ ਪੈਸੇ ਜਿਹੜਾ ਸਾਹਮਣੇ ਵਾਲੇ ਚਾਕੀ ਜਿਹੜਾ ਲੈਣ ਗਿਆ ਹੋਇਆ। ਹੁਣ ਮੈਂ ਤਾਂ ਇਹ ਜਿਹੜਾ ਸੋਚ ਰਹੀ ਹਾਂ ਉਹਨਾਂ ਵੀ ਕਿਸੇ ਨੇ, ਕਿਉਂਕਿ ਉਹਨੂੰ ਸੁਬਾਹ ਹੀ ਕਹਿ ਰਿਹਾ ਵੀ ਜਿਹੜਾ ਮੈਂ ਜਾਣਾ ਹੈਗਾ ਪੈਸੇ ਲੈਣ, ਅਤੇ ਮੈਂ ਉਹਨੂੰ ਕਿਹਾ ਮੈਂ ਜਿਹੜਾ ਚਲੀ ਜਾ ਸਕਾਂ, ਕਿਉਂਕਿ ਜਿਹੜਾ ਹੁਣ ਪੈਸੇ ਲੈਣੇ ਜਿੰਨਾ ਕਿ ਅਸੀਂ ਉਧਾਰ ਦਿੱਤਾ ਉਹਨਾਂ ਥੋੜ੍ਹਾ ਬਹੁਤਾ, ਹੁਣ ਜਿਹੜਾ ਜਿਹਦੇ ਕੋਲ ਮੰਗਣੇ ਉਹਨੇ ਕਹਿਣਾ ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਅੱਜ, ਇਹ ਹੀ ਉਹਨਾਂ ਦਾ ਜਿਹੜਾ ਕਾਰ ਆ। ਅਤੇ ਬੱਚੇ ਜਿਹੜਾ ਮਾਸ਼ਾਅੱਲਾ ਥੱਲੇ ਜਿਹੜਾ ਪੜ੍ਹ ਰਹੇ ਗਏ ਨੇ ਬਾਈ ਆਫਿਸ ਸਾਹਿਬ ਦੇ ਬੇਟਿਆਂ ਨੇ, ਆਹੀਆਂ ਲੱਕੜਾਂ ਜਿਹੜਾ ਇੱਥੇ ਰੱਖ ਦਿੱਤੀਆਂ, ਮੈਂ ਕੱਲ੍ਹ ਨੂੰ ਜਿਹੜਾ ਬਾਲਣ ਵਿੱਚ ਦਿੰਦੇ ਪਾਲਸਾਂ ਤੰਦੂਰ ਜਿਹੜਾ ਸਾਰੀ ਅੱਜ ਜਿਹੜਾ ਸੁਆਹ ਜਿਹੜੀ ਅਗਲੀ ਸਾਰੀ ਕੱਢ ਦਿੱਤੇ ਨੇ ਕੋਲੇ ਛੋਲੇ, ਇੱਥੇ ਜਿਹੜਾ ਇੰਝ ਕਰਕੇ ਜਿਹੜਾ ਰੱਖ ਦਿੱਤੀਆਂ ਲੱਕੜਾਂ, ਮੈਂ ਇੱਥੇ ਜਿਹੜਾ ਪਾਣੀਆਂ ਨੇ ਇੱਥੇ ਜਿਹੜਾ ਰੱਖ ਦਿੰਦੇ, ਇੱਥੇ ਜਿਹੜਾ ਰੱਖੀਆਂ ਹੋਈਆਂ ਨੇ। ਅਤੇ ਚੱਲਦੇ ਹਾਂ ਥੱਲੇ, ਫਿਰ ਜਾ ਫਿਰ ਅਲੀ ਆਉਂਦਾ ਜੋ ਵੀ ਹੋਈ ਇਨਸ਼ਾਅੱਲਾ ਦੇ ਭੈਣ ਭਈਆਂ ਦੱਸਾਂਗੇ ਵੀ ਪੈਸੇ ਜਿਹੜਾ ਮਿਲੇ ਨੇ, ਨਹੀਂ ਮਿਲੇ ਹਜੇ ਥੋੜ੍ਹੀ ਜਿਹੜਾ ਬਿਲਕੁਲ ਕੋਈ ਨਹੀਂ ਆਉਂਦਾ ਪਿਆ, ਕਿਉਂਕਿ ਜਿਹੜਾ ਇੱਧਰੋਂ ਚੱਲ ਕੇ ਜਿਹੜਾ ਬਲਕਿ ਦੇਖਣੇ ਹੀ ਆ ਸ਼ਾਇਦ ਵਾਲੀ ਗੱਲ ਆਉਂਦਾ ਹੀ ਪਿਆ ਹੋਵੇ, ਹਜੇ ਥੋੜ੍ਹੀ ਨਜ਼ਰ ਜਿਹੜਾ ਬਿਲਕੁਲ ਨਹੀਂ ਆ ਰਿਹਾ, ਬਾਈ ਹੋਰੀ ਜਿਹੜਾ ਵਿੱਚੋਂ ਨਾਰ ਜਿਹੜਾ ਲੰਘੇ ਜਾਂਦੇ ਨੇ। ਕਿਉਂਕਿ ਇੱਥੋਂ ਜਿਹੜਾ ਪੱਤਣ ਬਣਿਆ ਹੋਇਆ ਉਹਲੀ ਸਾਈਡ ਤੋਂ ਹੇਠਾਂ ਜਿਹੜਾ ਲੈ ਗਿਆ, ਦੂਸਰੀ ਸਾਈਡ ਵਾਲੀ ਜਿਹੜਾ ਉੱਤੇ ਚਾੜ ਕੇ ਉੱਥੋਂ ਜਿਹੜਾ ਮੱਝਾਂ ਮੁੱਝਾਂ ਜਿਹੜਾ ਪਿਲਾਉਂਦੇ ਨੇ। ਜਾਂ ਫਿਰ ਉਲਟੇ ਇੱਧਰੋਂ ਆਇਆ ਕੁੜਤਾ। ਅੱਛਾ, ਮੈਂ ਤਾਂ ਘਰੇ ਆਈ ਹਾਂ, ਥੱਕ ਗਿਆ ਹੋਇਆ, ਪੈਸੇ ਲਵਣ ਕਿਤੇ ਉੱਥੇ। ਉਹ ਹੀ ਗੱਲ ਹੋਈ ਨਾ, ਜਾਂ ਫਿਰ ਐਵੇਂ ਹੀ ਉਹਨਾਂ ਮੈਨੂੰ ਅਗਲੇ ਦਿਨ ਜਦੋਂ ਮੈਂ ਗਈ ਆਸੂ, ਮੈਨੂੰ ਸੇਮ ਟੂ ਸੇਮ ਇਹੀ ਗੱਲ ਉਹਨਾਂ ਨੇ ਕੀਤੀ ਸੀ, ਬਸ ਜਿਹੜਾ ਦੋ ਦਿਨ ਤੁਸੀਂ ਜਿਹੜਾ ਕੱਢ ਲਓ ਅਤੇ ਤੁਹਾਨੂੰ ਦੋ ਦਿਨਾਂ ਦੇ ਵਿੱਚ ਜਿਹੜਾ ਆ ਫਿਰ ਉਹ ਜਾਂ ਫਿਰ ਅਲੀ ਹੁਣ ਖਾਂਦੇ ਤਾਂ ਪਏ ਹੀ ਆਣਾ ਕਿੱਧਰੋਂ ਨਾ ਕਿੱਧਰੋਂ, ਕੀ ਕਰੇ ਬੰਦਾ, ਲੜਨਾ ਤਾਂ ਬਿਲਕੁਲ, ਮੈਂ ਤਾਂ ਅੱਗੇ ਆਉਂਦੀ ਪਈ ਹਾਂ ਕਿੱਧਰ। ਸਹੀ ਗੱਲ ਹੈ, ਬਿਲਕੁਲ ਜਿਹੜਾ ਸਹੀ ਗੱਲ ਹੈ, ਸਮਝ ਲਓ ਅਸੀਂ ਜਿਹੜਾ ਬਿਲਕੁਲ ਕਿਸੇ ਨਾਲ ਜਿਹੜਾ ਝਗੜਾ ਤਾਂ ਕਰਨਾ ਹੀ ਨਹੀਂ ਚਾਹੁੰਦੇ ਹਾਂ, ਅਤੇ ਲੇਕਿਨ ਇਹ ਗੱਲ ਹੈਗੀ ਆ ਬਈ ਆਖਿਰ ਇਹ ਜਿਹੜਾ ਕੀ ਚਾਹੁੰਦੇ ਨੇ ਜੇ ਉਹ ਸਾਡੀ, ਸਮਝ ਲਓ ਜਿਹੜਾ ਸ਼ਰਾਫਤ ਦਾ ਫਾਇਦਾ ਜਿਹੜਾ ਉਠਾਉਂਦੇ ਪਏ ਨੇ ਵੀ ਇਹਨਾਂ ਨੇ ਜਿਹੜਾ ਮੰਗੇ ਨਹੀਂ ਹੈਗੇ ਨੇ, ਜਾਂ ਜਿਹੜਾ ਸਾਡੇ ਨਾਲ ਕਵੜੀਂਦੇ ਨਹੀਂ ਇਹਨੇ, ਲੜਦੇ ਨਹੀਂ ਹੈਗੇ ਨੇ, ਜਿਸ ਤਰ੍ਹਾਂ ਬੰਦਾ ਜਿਹੜਾ ਗੁੱਸੇ ਨਾਲ ਮੰਗਣੀ ਹੁੰਦੀ ਨਾ ਕੋਈ ਚੀਜ਼, ਉਹ ਹੋਰ ਗੱਲ ਆਉਂਦੀ ਆ, ਅਤੇ ਅਸੀਂ ਬਸ ਜਾਂਦੇ ਹਾਂ ਅਸੀਂ ਚੁੱਪ ਕਰਕੇ, ਅਸੀਂ ਉਲਟਾ ਅਸੀਂ ਕਹਿੰਦੇ ਹਾਂ ਵੀ ਮਿਨਾ ਤਿੰਨੇ ਸਾਨੂੰ ਜਿਹੜਾ ਦੇ ਦਿਉ, ਇਵੇਂ ਗੱਲ ਆ। ਮੈਂ ਇਵੇਂ ਕਰਕੇ ਜਦੋਂ ਗਈ ਹਾਂ ਨਾ ਲੈਣ, ਮੈਂ ਇਹ ਹੀ ਆਖਿਆ ਵੀ ਸਾਡੀ ਮਿਨਾ ਤਾਂ ਹੈਗੀ ਆ, ਸਾਡੀ ਹਿੰਮਤ ਨਹੀਂ ਹੈਗੀ ਆ, ਸਾਡੀ ਜਿਹੜਾ ਦੁਕਾਨ ਬਿਲਕੁਲ, ਮੇਰੀ ਇਹ ਦਿਲ ਹੈਗੀ ਆ ਵੀ ਥੋੜ੍ਹਾ ਬਹੁਤਾ ਜਿੰਨਾ ਕਿ ਉਧਾਰ ਉਹ ਵੀ ਆ ਜਾਵੇ ਨਾ, ਅਤੇ ਬੰਦਾ ਨਾਲ ਦੇ ਨਾਲ ਜਿਹੜਾ ਅੱਗੇ ਅੱਗੇ ਫਿਰ ਜਿਹੜਾ ਹੋਰ ਮਜ਼ੀਦ ਦੁਕਾਨ ਜਿਹੜਾ ਵਧਾ ਸਕਦਾ। ਹਾਂਜੀ ਬਿਲਕੁਲ ਇਵੇਂ ਗੱਲ ਆ, ਦਾਨ ਜਿਹੜਾ ਜਦੋਂ ਹੀ ਹੁਣ ਜਿਹੜਾ ਮੁੰਜੀ ਜਿਹੜਾ ਕਟਾਈ ਸ਼ੁਰੂ, ਬਲਕਿ ਕਿਧਰੇ ਕਿਧਰੇ ਦੂਰ ਦੂਰ ਤੋਂ ਹੋ ਗਈ ਆ, ਆਹ ਹੀ ਸਾਡਾ ਥੋੜ੍ਹੀ ਜਿਹੀ ਅਜੇ ਥੋੜ੍ਹੀ ਕੱਚੀ ਖੜੋਤੀ ਆ, ਫਿਰ ਕੋਈ ਚੀਜ਼ ਹੋਈ ਦੁਕਾਨ ਦੇ ਵਿੱਚ ਜਿਸ ਤਰ੍ਹਾਂ ਚੀਨੀ ਹੋ ਗਈ, ਘੀ ਹੋ ਗਿਆ, ਦਾਲਾਂ ਵਗੈਰਾ ਹੋ ਗਈਆਂ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜਾ ਹੋਈਆਂ ਤਾਂ ਬੰਦਾ ਜਿਹੜਾ ਚਲੋ ਅਨਾਜ ਹੈ ਜੇ ਥੋੜ੍ਹੀ ਜਾ ਫਿਰ ਲਈ ਆਪਾਂ ਜਿਹੜਾ ਬਾਈ ਦੇ ਅੱਗੇ ਹੀ ਦੇਣੇ ਨੇ, ਉਹ ਬੜਾ ਸਮਝ ਲਓ ਵੀ ਅੱਜ ਜਿਹੜਾ। ਹਾਂ ਵਾਹ, ਮੈਨੂੰ ਇਹ ਆ ਜ਼ਿਆਦਾ ਜਿਹੜਾ ਟੈਨਸ਼ਨ ਜਾਂ ਫਿਰ ਰਹਿੰਦੀ ਆ, ਚਲੋ ਜ਼ਿਆਦਾ ਨਹੀਂ ਨਾ ਤਾਂ ਬੰਦਾ ਜਿਹੜਾ ਥੋੜ੍ਹਾ ਬਹੁਤਾ ਜਿਹੜਾ ਸਮਾਨ ਵਿੱਚ ਦੁਕਾਨ 'ਤੇ ਜਿਹੜਾ ਮੌਜੂਦ ਹੋਵੇ ਨਾ, ਫਿਰ ਟੈਨਸ਼ਨ ਕੋਈ ਨਹੀਂ ਹੁੰਦੀ, ਫਿਰ ਆਸਤਾ ਆਸਤਾ ਅੱਗੇ ਅੱਗੇ
ਅਤੇ ਜਿਸ ਤਰ੍ਹਾਂ ਹੁਣ ਘਰ ਦੇ ਖਰਚੇ ਹੈਗੇ ਨੇ, ਘਰ ਦੇ ਵੀ ਟੋਟਲੀ ਸਮੇਂ ਲੱਜਣਾ ਸਾਰੇ, ਜਿਸ ਤਰ੍ਹਾਂ ਫਿਰ ਅਸੀਂ ਜਿਹੜਾ ਜਿਵੇਂ ਟਾਈਮ ਟਪਾ ਰਹੇ ਹਾਂ ਫਿਰ ਸਾਨੂੰ ਪਤਾ ਹੁੰਦਾ। ਫਿਰ ਬੰਦਾ ਜਿਹੜਾ ਕਹਿੰਦਾ ਰਹੇ ਨਾ ਤਾਂ ਉਹ ਬੰਦਾ ਜਿਹੜਾ ਅੱਛਾ ਨਹੀਂ ਲੱਗਦਾ, ਅਸੀਂ ਤਾਂ ਇੰਝ ਮਾਰ ਗਏ, ਇੰਝ ਹੋ ਗਿਆ, ਇੰਝ ਹੋ ਗਿਆ, ਉਹ ਫਿਰ ਬੰਦਾ ਜਿਵੇਂ ਨਾ ਅਜੀਬ ਜਿਹਾ ਲੱਗਦਾ ਹੈਗਾ। ਅੱਲਾਹ ਪਾਕ ਦਾ ਸ਼ੁਕਰ ਆ, ਅੱਲਾਹ ਪਾਕ ਸੋਹਣਾ ਕਹਿੰਦਾ ਵੀ ਕਿ ਸਾਲ 'ਚ ਮੈਂ ਰੱਖਾਂ ਨਾ ਮੇਰਾ ਸ਼ੁਕਰ ਅਦਾ ਕਰਨਾ ਚਾਹੀਦਾ। ਅਤੇ ਸ਼ੁਕਰ ਅਲਹਮਦੁਲਿਲਾਹ ਜਿਸ ਤਰ੍ਹਾਂ ਵੀ ਹੈ ਜੋ ਵੀ ਹੈਗਾ, ਕਦੇ ਅਸੀਂ ਜਿਹੜਾ ਅੱਛੀ ਚੀਜ਼ ਬਣਾਈਏ ਅਤੇ ਆਹ ਦੇ ਬਹਿਣ ਭਾਈਆਂ ਨੂੰ ਜਿਹੜਾ ਸ਼ੇਅਰ ਕਰਨੇ ਆ ਜਾਂ ਫਿਰ ਅਲੀ ਜਦੋਂ ਅਸੀਂ ਜਿਹੜਾ ਇਸੇ ਤਰ੍ਹਾਂ ਹੀ ਸਮਝ ਲਓ ਵੀ ਮਰਾਚ ਲੂਣ ਬਣਾਉਂਦੇ ਹਾਂ ਨਾ ਅਸੀਂ, ਫਿਰ ਹੁੰਦਾ ਜਿਹੜਾ ਹਾਂ ਨਹੀਂ ਇਹ ਹੈ ਨਾ ਫਿਰ ਕੁਛ ਬਹਿਣਾ ਬਈ ਕਹਿੰਦੇ ਨੇ ਵੀ ਤੁਸੀਂ ਜਿਹੜਾ ਖਾਣਾ ਪੀਣਾ ਜਿਹੜਾ ਉਹ ਵਾਲਾ ਸੁਬਾਹ ਦੇ ਟਾਈਮ ਅਸੀਂ ਜਿਹੜਾ ਅਚਾਰ ਨਾਲ ਬੱਚਿਆਂ ਨੂੰ ਨਾਸ਼ਤਾ ਦਿੰਦੀ ਹਾਂ, ਕਿਉਂਕਿ ਜਿਹੜਾ ਜਿਸ ਤਰ੍ਹਾਂ ਮੈਂ ਦੋ ਦਿਨ ਅਸੀਂ ਜਿਹੜਾ ਦਹੀਂ ਬਣਾਈ ਆ, ਲੇਕਿਨ ਫਿਰ ਘਰ ਦੇ ਹਾਲਾਤ ਵੇਖ ਕੇ ਨਾ ਅਸੀਂ ਕਿਲੋ ਜਿਹੜਾ ਰਾਤ ਨੂੰ ਦੁੱਧ ਦੇਣਾ ਜਿਹੜਾ ਸ਼ੁਰੂ ਕਰ ਦਿੰਦੀ, ਬੱਚਿਆਂ ਨੂੰ ਦੋ ਦਿਨ ਦਹੀਂ ਜਮਾ ਕੇ ਦਿੱਤੀ ਆ ਜਾਂ ਫਿਰ ਕਿਹਾ ਜਿੰਨੀ ਦੇਰ ਦੁਕਾਨ ਹੈ ਸਮਾਨ ਨਹੀਂ ਨਾ ਪੈਂਦਾ ਆਪਾਂ ਜਿਹੜਾ ਉਹ ਕਿਲੋ ਰਾਤ ਨੂੰ ਦਿੱਤੀ ਰੱਖਣਾ ਕਿਲੋ ਦਿਨ ਨੂੰ, ਚਲੋ ਬੰਦਾ ਜਿਹੜਾ ਘਰ ਦਾ ਸੌਦਾ ਬੰਦਾ ਦੁੱਧ ਦੀ ਕੋਲ ਲੈ ਕੇ ਜਿਹੜਾ ਉਹ ਦੇ ਲੈਂਦਾ, ਚਲੋ ਸੁਬਾਹ ਵਾਲਾ ਜਿਹੜੇ ਦਿਨ ਉਹਦੇ ਪੱਠੇ ਪਾ ਲਏ ਰਾਤ ਵਾਲੇ ਨਾ ਚਲੋ ਕੋਈ ਨੀ ਅੱਲਾ ਪਾਕ ਖੈਰ ਸੁੱਖ ਦਾ ਰੱਖਦਾ ਨਾ ਤਾਂ ਕਿ ਇਨਸ਼ਾਅੱਲਾ ਸਾਡੀ ਤਨਖਾਹ ਆ ਗਈ ਨਾ ਤੁਸੀਂ ਹੋਰ ਲੈ ਲਓ ਪਤਾ ਤੁਸੀਂ ਮੇਰੇ ਪੈਸੇ ਨਹੀਂ ਰੱਖਦੇ ਬਿਲਕੁਲ ਬਿਲਕੁਲ ਹਾਂ ਕਿਉਂਕਿ ਸਾਰਿਆਂ ਬਹਿਣਾ ਬਈ ਨੂੰ ਪਤਾ ਹੈਗਾ ਸਾਰੇ ਬਹਿਣਾ ਬਈ ਕਹਿਣਗੇ ਹਰ ਮਹੀਨੇ ਸਿਸਟਰ ਕਹਿੰਦੀ ਆ ਵੀ ਮੇਰੀ ਤਨਖਾਹ ਨਹੀਂ ਹੈ ਜਿਸ ਤਰ੍ਹਾਂ ਤੁਹਾਨੂੰ ਬਹਿਣਾ ਬਈ ਨੂੰ ਪਤਾ ਹੈਗਾ ਬਾਈ ਜਿਆਦ ਦੀ ਤਬੀਅਤ ਖਰਾਬ ਹੈਗੀ ਸੀ ਉਹਦੇ ਕੋਲ ਇੰਨੇ ਸਮੂਹ ਲੱਗ ਗਏ ਜਿਹੜੇ ਉਹਦੇ 'ਤੇ ਲੱਗ ਗਏ ਫਿਰ ਜਿਵੇਂ ਮੇਰੀ ਤਨਖਾਹ ਥੋੜ੍ਹੀ ਬਹੁਤੀ ਮੇਰੇ ਕੋਲ ਹਜ਼ਾਰਾਂ ਤਾਂ ਜਿੰਨੀ ਕੀ ਆਈ ਉਹ ਜਿਹੜਾ ਬਾਈ ਜਿਆਦ ਨੂੰ ਦੇ ਦਿੱਤੀ ਅਤੇ ਉਹਨੇ ਫਿਰ ਦੇਣਾ ਲੈਣਾ ਕਾਫੀ ਸਾਰਾ ਹੈਗਾ ਸੀ ਉਹਨੇ ਕਿਹਾ ਚੱਲ ਤੁਸੀਂ ਤੁਹਾਨੂੰ ਜਿਹੜਾ ਬਾਅਦ ਵਿੱਚ ਮੈਂ ਦੇ ਦੇਵਾਂਗਾ ਮੈਂ ਕਿਹਾ ਚਲੋ ਸਾਨੂੰ ਕੋਈ ਨਹੀਂ ਹੈ ਕਿਉਂਕਿ ਮੈਂ ਵੀ ਉਹਨਾਂ ਦੇ ਤੁਹਾਨੂੰ ਪਤਾ ਬਹਿਣਾ ਬਾਈ ਨੂੰ ਕੈਮਰਿਆਂ ਦੇ ਲੈ ਗਈ ਸੀ ਵੀ ਕੈਮਰੇ ਲਵਾਂਗੀ ਅਤੇ ਇਨਸ਼ਾਅੱਲਾ ਹੁਣ ਇਸ ਮਹੀਨੇ ਵੀ ਜਿਹੜਾ ਨਹੀਂ ਆਈ ਹੈ ਸਾਡੀ ਜਿਹੜਾ ਤਨਖਾਹ ਜਿਸ ਤਰ੍ਹਾਂ ਤੁਹਾਨੂੰ ਬਹਿਣਾ ਬਈ ਨੂੰ ਪਤਾ ਹੈਗਾ ਵੀ ਉਹ ਡਾਲਰ ਜਿਹੜਾ 100 ਪੂਰਾ ਹੋਵੇ ਤਾਂ ਉਸ ਤੋਂ ਬਾਅਦ ਆਉਂਦੀ ਆ ਉਹਨਾਂ ਸਾਡਾ ਜਿਹੜਾ ਚੈਨਲ ਅਜੇ ਅੱਛੇ ਤਰੀਕੇ ਜਿਹੜਾ ਨਹੀਂ ਚੱਲ ਰਿਹਾ ਤੁਹਾਡੇ ਭੈਣਾਂ ਭਾਈਆਂ ਦੀਆਂ ਦੁਆਵਾਂ ਰਹੀਆਂ ਤੁਹਾਡੇ ਭੈਣਾਂ ਭਾਈ ਦੀ ਸਪੋਰਟ ਰਹੀ ਅਤੇ ਇਨਸ਼ਾਅੱਲਾ ਇਨਸ਼ਾਅੱਲਾ ਅੱਛੇ ਤੋਂ ਅੱਛਾ ਜਿਹੜਾ ਚੈਨਲ ਜਾਵੇਗਾ ਤੁਹਾਡੇ ਭੈਣਾਂ ਭਾਈਆਂ ਦੀ ਬਸ ਸਭ ਤੋਂ ਵੱਡੀ ਜਿਹੜਾ ਸਪੋਰਟ ਅਤੇ ਸਭ ਤੋਂ ਵੱਡੀ ਹੈਲਪ ਇਹੀ ਆ ਵੀ ਸਾਡੇ ਚੈਨਲ ਜਿਹੜਾ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦਿੱਤਾ ਕਰੋ ਤੁਹਾਡੀ ਬਹੁਤ ਮਿਹਰਬਾਨੀ ਅਸੀਂ ਬਹੁਤ ਸ਼ੁਕਰੀਆ ਅਸੀਂ ਅੱਗੇ ਤੁਹਾਡੇ ਭੈਣਾਂ ਭਾਈਆਂ ਦੇ ਸ਼ੁਕਰੀਆ ਅਦਾ ਕਰਦੇ ਰਹਿੰਦੇ ਅਸੀਂ ਤਾਂ ਸੌਂਦਿਆਂ ਵਕਾਤ ਹੀ ਉੱਠਦਿਆਂ ਵਕਾਤ ਹੀ ਸਾਰਿਆਂ ਭੈਣਾਂ ਭਾਈ ਨੂੰ ਜਿਹੜਾ ਦੁਆਵਾਂ ਦਿੰਦੇ ਰਹਿੰਦੇ ਹਾਂ ਹਾਂਜੀ ਬਿਲਕੁਲ ਨਹੀਂ ਸ਼ੁਕਰ ਹੈ ਅੱਲਾ ਪਾਕ ਦਾ ਜਾਂ ਫਿਰ ਲਈ ਉਹ ਗੱਲ ਕੋਈ ਨਹੀਂ ਆ ਬਿਲਕੁਲ ਸ਼ੁਕਰ ਅਲਹਮਦੁਲ ਉਹ ਦੱਸ ਰਹੀਆਂ ਉਹਨੇ ਭੈਣਾਂ ਭਾਈਆਂ ਨੂੰ ਵੀ ਜਿਹੜਾ ਆ ਮੈਂ ਕਿਹਾ ਕੁਛ ਭੈਣਾਂ ਭਾਈ ਕਹਿਣਗੇ ਵੀ ਅਗਲੇ ਮਹੀਨੇ ਸਿੱਧਾ ਨੇ ਕਿਹਾ ਸੀ ਸ਼ਾਇਦ ਉਤਲੇ ਮਹੀਨੇ ਆ ਜਾ ਵੀ ਹੁਣ ਫਿਰ ਕਹਿ ਰਹੀ ਆ ਇਨਸ਼ਾਅੱਲਾ ਅੱਲਾ ਪਾਕ ਨੇ ਚਾਹਿਆ ਨਾ ਤਾਂ ਹੁਣ ਉਤਲੇ ਮਹੀਨੇ ਆਈ ਜੋ ਵੀ ਤਨਖਾਹ ਆਈ ਅੱਲਾ ਪਾਕ ਨੇ ਚਾਹਿਆ ਤਾਂ ਇਨਸ਼ਾਅੱਲਾ ਨਾਲ ਦੇ ਨਾਲ ਤੂੰ ਘਰ ਦੀ ਜਿਹੜਾ ਕਾਰੋਬਾਰ ਜਾਂ ਕੋਈ ਨਾ ਕੋਈ ਸਰਕਸ ਬਣਾਉਂਦੇ ਹਾਂ ਲੇਕਿਨ ਜਿਹੜਾ ਇਸ ਤਰ੍ਹਾਂ ਹੁਣ ਘਰੇ ਬੈਠਿਆਂ ਤਾਂ ਕਿਵੇਂ ਕਹਿੰਦੇ ਨੇ ਬੈਂਕ ਵੀ ਖਾਲੀ ਹੋ ਜਾਂਦੇ ਘਰੇ ਬੈਠਿਆਂ ਕੁਛ ਨਹੀਂ ਬਣਦਾ ਹੈਗਾ ਇੱਕ ਬੱਚਿਆਂ ਦੀ ਜਿਹੜਾ ਹੁਣ ਪੜ੍ਹਾਈਆਂ ਤਾਂ ਸੁਣ ਰਹੀਆਂ ਮੈਨੂੰ ਹੋਰ ਜ਼ਿਆਦਾ ਜਿਹੜਾ ਪਰੇਸ਼ਾਨੀ ਹੈਗੀ ਬਾਕੀ ਅੱਲਾ ਪਾਕ ਸੋਹਣਾ ਜਿਹੜਾ ਖੈਰ ਕਰੇਗਾ ਇਹ ਵਾਲਾ ਛੋਟਾ ਜਿਹਾ ਵਿਲਾ ਕਰਨੇ ਇੱਥੇ ਹੀ ਖਤਮ ਆਹਦੇ ਬਣ ਬਕੇ ਲੈਂਦੇ ਇਜਾਜ਼ਤ ਢੇਰ ਸਾਰੀਆਂ ਦੋਵਾਂ 'ਚ ਆਪਣਾ ਹੀ ਖਿਆਲ ਰੱਖਿਆ ਆਦਿ ਸਿੱਟਣ ਨੂੰ ਯਾਦ ਰੱਖਣਾ ਅੱਲਾ ਫੇਸ ਅੱਲਾ ਨਿਗੇਬਾਨ ਜਾਂ ਫਿਰ ਇਹਨੇ ਗੱਲਾਂ ਬਾਤਾਂ ਦੇ ਵਿੱਚ ਜਿਹੜਾ ਚਮਕਾ ਦਿੱਤੀਆਂ ਨੇ ਪਲੇਟਾਂ ਇੱਧਰੋਂ ਵੇਖੋ ਮੈਂ ਕਹਿ ਹੀ ਰਹੀ ਆ ਬੜਾ ਨਿਗੇ ਹੈਗੀ ਜਿਸ ਮੈਂ ਸਾਰਾ ਝਾੜੂ ਲਾਇਆ ਨਾ ਵੇਖਿਆ ਤਾਂ ਸੁਬਾਹ ਅੰਧੇਰੀ ਵਾਲਾ ਕਿੰਨਾ ਹਾਂ ਉਹ ਉਸੇ ਪੱਠਿਆਂ ਲਿਆ ਮੈਂ ਮੁੰਡਾ ਹੀ ਲਾਇਆ ਉਸ ਦੋ ਭਾਈ ਤਾਂ ਦੀ ਪਰ ਤੈਨੂੰ ਪਤਾ ਹੈਗਾ ਬਈ ਜਿਹੜਾ ਹਾਂ ਉਹ ਮੰਮਾ ਸਾਹਿਬ ਨਹੀਂ ਆਖਿਆ ਆਪਾਂ ਅੰਮੀ ਜਿਹੜਾ ਸ਼ਾਮ ਦੇ ਟਾਈਮ ਜਿਹੜਾ ਉਸ ਵਕਤ ਹੁਣ ਤੁਸੀਂ ਆਏ ਨੇ
ਤੇ ਤੁਸੀਂ ਆਹ ਜਿਹੜਾ ਸਾਫ਼ ਕਰ ਲਈ, ਹਾਂ ਸਹੀ ਹੋ ਗਿਆ, ਚੱਲ ਸਾਫ਼ ਸੁਥਰੀ ਹੋਊਗੀ।